ਅੱਜ ਜਿਹੜੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਵੱਲੋਂ ਜਿਹੜੇ ਮਾਰਕੀਟ ਕਮੇਟੀ ਦੇ ਅੰਡਰ ਜਿਹੜੇ ਪਿੰਡ ਆਉਂਦੇ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਕੋਈ ਕਿਸਾਨ ਜਿਹੜੇ ਖੇਤ ਦੇ ਵਿੱਚ ਕੰਮ ਕਰਨ ਦੇ ਦੌਰਾਨ ਕਿਸੇ ਦੀ ਕੋਈ ਡੈਥ ਹੋ ਗਈ ਹੈ, ਮੌਤ ਹੋ ਗਈ ਹੈ, ਜਾਂ ਕਿਸੇ ਦਾ ਕੋਈ ਵੀ ਕੋਈ ਅੰਗ ਪੈਰ ਆ ਜਾਂ ਕੋਈ ਕੱਟ ਗਿਆ, ਤਾਂ ਉਹਨਾਂ ਨੂੰ ਜਿਹੜੀ ਮੁਆਵਜ਼ਾ ਜਿਹੜੀ ਰਾਸ਼ੀ ਆ ਜਿਹੜੀ ਮਾਰਕੀਟ ਕਮੇਟੀ ਦੇ ਵੱਲੋਂ ਮੰਡੀ ਬੋਰਡ ਦੇ ਐਕਟ ਦੇ ਅਕੋਰਡਿੰਗ ਜਿਹੜੀ ਦਿੱਤੀ ਜਾਂਦੀ ਹੈ। ਸੋ ਅੱਜ ਤਕਰੀਬਨ 10,80,000 ਦੇ ਜਿਹੜੇ ਚੈੱਕ ਨੇ ਅੱਜ ਉਹ 10 ਪਰਿਵਾਰਾਂ ਨੂੰ ਜਿਹੜੇ ਭਵਾਨੀਗੜ੍ਹ ਦੇ ਵਿੱਚ ਅੱਜ ਦਿੱਤੇ ਗਏ ਨੇ। ਸੋ ਮੇਰੇ ਨਾਲ ਸਾਰੇ ਸਾਡੇ ਮਾਰਕੀਟ ਕਮੇਟੀ ਦੇ ਮੁਲਾਜ਼ਮ, ਸਾਡੇ ਮੰਡੀ ਦੇ ਪ੍ਰਧਾਨ ਮਿੱਤਲ ਸਾਹਿਬ ਅਤੇ ਸਾਡੇ ਬਲਾਕ ਪ੍ਰਧਾਨ ਸਾਹਿਬਾਨ, ਸਾਡੇ ਨਗਰ ਕੌਂਸਲ ਦੇ ਪ੍ਰਧਾਨ, ਸਾਰੇ ਸਾਥੀ ਜਿਹੜੇ ਮੌਜੂਦ ਨੇ। ਇਹ ਬਿਲਕੁਲ ਭਵਾਨੀਗੜ੍ਹ ਬਲਾਕ ਦੇ ਜਿਹੜੇ ਮਾਰਕੀਟ ਕਮੇਟੀ ਦੇ ਅੰਡਰ ਜਿਹੜੇ ਪਿੰਡ ਆਉਂਦੇ ਨੇ ਉਹਨਾਂ ਦੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਜਿਹੜੇ ਚੈੱਕ ਦਿੱਤੇ ਗਏ ਨੇ, ਜਿਵੇਂ ਝਨੇੜੀ ਹੋ ਗਿਆ, ਨਾਗਰਾ ਹੋ ਗਿਆ, ਪੱਟੀਵਾਲ ਕਲਾਂ ਹੋ ਗਈ, ਜਿਹੜਾ ਸੰਤੋਖਪੁਰਾ ਹੋ ਗਿਆ, ਮਹਿਸਮਪੁਰ ਹੋ ਗਿਆ। ਸੋ ਵੱਖ ਵੱਖ ਪਿੰਡਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਆਏ।